ਟੀਚਰ ਤੇ ਕੁੜੀ ਨੂੰ ਗਲਤ ਮੈਸੇਜ ਭੇਜਣ ਦੇ ਇਲਜ਼ਾਮ। ਅਗਲੇ ਦਿਨ ਕੁੜੀ ਦੇ ਪਿਤਾ ਨੇ ਜਾ ਕੇ ਕੁੱਟਿਆ ਟੀਚਰ। ਬਾਹਰ ਮਿਲਣ ਲਈ ਕੁੜੀ ਤੇ ਪਾ ਰਿਹਾ ਸੀ ਦਬਾਅ। ਤਾਂ ਦੱਸ ਦਈਏ ਕਿ ਇੱਕ ਟੀਚਰ ਤੇ ਆਪਣੀ ਹੀ ਸਟੂਡੈਂਟ ਨੂੰ ਗਲਤ ਮੈਸੇਜ ਭੇਜਣ ਦੇ ਇਲਜ਼ਾਮ ਲੱਗੇ ਨੇ, ਜਿਸ ਤੇ ਕੁੜੀ ਦੇ ਪਿਤਾ ਨੇ ਇੰਸਟੀਟਿਊਟ ਦੇ ਵਿੱਚ ਜਾ ਕੇ ਇਸ ਟੀਚਰ ਦੇ ਥੱਪੜ ਮਾਰੇ। ਤਾਂ ਮੌਕੇ ਤੇ ਸਿਕਿਉਰਿਟੀ ਗਾਰਡ ਮੌਜੂਦ ਹੁੰਦੇ ਨੇ, ਜਿਨ੍ਹਾਂ ਦੇ ਵੱਲੋਂ ਇਸ ਟੀਚਰ ਦਾ ਬਚਾਅ ਕੀਤਾ ਗਿਆ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਬਠਿੰਡਾ ਦੇ ਇੱਕ ਨਿੱਜੀ ਸੰਸਥਾ ਤੋਂ ਸਾਹਮਣੇ ਆਇਆ, ਜਿੱਥੇ ਇਹ ਕੁੜੀ ਪੜ੍ਹਨ ਜਾਂਦੀ ਹੈ। ਤਾਂ ਉੱਥੋਂ ਦੇ ਹੀ ਇੱਕ ਟੀਚਰ ਤੇ ਇਹ ਇਲਜ਼ਾਮ ਲੱਗੇ ਨੇ ਕਿ ਰਾਤ ਦੇ ਸਮੇਂ ਉਹ ਲੜਕੀ ਨੂੰ ਗਲਤ ਮੈਸੇਜ ਭੇਜਦਾ ਸੀ ਤੇ ਹੁਣ ਉਸ ਨੂੰ ਬਾਹਰ ਮਿਲਣ ਦੇ ਲਈ ਬੁਲਾ ਰਿਹਾ ਸੀ, ਜਿਸ ਤੋਂ ਕੁੜੀ ਇੰਨੇ ਪਰੇਸ਼ਾਨ ਸੀ ਕਿ ਉਸਦੇ ਨੰਬਰ ਪਹਿਲਾਂ ਤੋਂ ਬਹੁਤ ਘੱਟ ਗਏ। ਤਾਂ ਪਰਿਵਾਰ ਨੇ ਜਦ ਉਸ ਨੂੰ ਕਾਰਨ ਪੁੱਛਿਆ ਤਾਂ ਉਸਨੇ ਸਾਰਾ ਸੱਚ ਦੱਸ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਇਹ ਟੀਚਰ ਉਸ ਨੂੰ ਪਰੇਸ਼ਾਨ ਕਰ ਰਿਹਾ। ਤਾਂ ਲੜਕੀ ਨੇ ਦੱਸਿਆ ਕਿ ਜਦ ਉਸਨੇ ਵਿਰੋਧ ਕੀਤਾ ਤਾਂ ਉਹ ਕਹਿੰਦਾ ਕਿ ਬਾਕੀ ਕੁੜੀਆਂ ਦੇ ਨਾਲ ਵੀ ਉਹ ਇੱਦਾਂ ਹੀ ਗੱਲ ਕਰਦਾ, ਜਿਸ ਤੋਂ ਬਾਅਦ ਪਿਤਾ ਇੰਨਾ ਗੁੱਸਾ ਹੋ ਗਿਆ ਕਿ ਅਗਲੇ ਦਿਨ ਮੌਕੇ ਤੇ ਪਹੁੰਚ ਕੇ ਇਸ ਟੀਚਰ ਦੀ ਕੁੱਟਮਾਰ ਕੀਤੀ। ਤਾਂ ਇਸ ਸੰਬੰਧੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਕੁੜੀ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਨੂੰ ਨਹੀਂ ਪਤਾ, ਇਹਨਾਂ ਨੂੰ ਵੀ ਸੁਬਹ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ, ਔਰ ਇਹਨਾਂ ਨੇ ਆ ਕੇ ਇੱਥੇ ਉਹਦੇ ਚਪੇੜੇ ਚਪੂੜੇ ਮਾਰੇ ਟੀਚਰ ਦੇ, ਹੈ ਨਾ, ਕੁੱਟਾ। ਹਾਲੇ ਸਾਨੂੰ ਤਾਂ ਪਤਾ ਹਾਲੇ ਵੀ ਨਹੀਂ ਹੈ ਪੂਰਾ ਕੀ ਹੈ ਕੀ ਨਹੀਂ ਹੈ। ਇਹਨਾਂ ਨੇ ਨਾ ਸਾਨੂੰ ਕੁਛ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਛ ਪਤਾ ਸਾਨੂੰ। ਕੌਣ ਟੀਚਰ ਕੌਣ ਹੈ ਕਿਤੇ ਐਲੀਗੇਸ਼ਨ ਹੈ, ਕੀ ਨਾਮ ਹੈ ਉਹਦਾ? ਉਹਨਾਂ ਦਾ ਨਾਮ ਰਾਹੁਲ ਵਰਮਾ ਹੈ। ਕਿੱਥੋਂ ਦੇ ਰਹਿਣ ਵਾਲੇ ਜੀ? ਉਹ ਬੀਕਾਨੇਰ ਦੇ। ਅੱਛਾ, ਇਹ ਦੱਸੋ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ? ਵਾਕਿਆ ਦੇ ਵਿੱਚ ਹੀ ਇਸ ਤਰ੍ਹਾਂ ਕਰਦਾ ਹੋਇਆ ਤੁਹਾਡਾ ਟੀਚਰ? ਨਹੀਂ, ਇਹ ਤਾਂ ਮਤਲਬ ਅਗਰ ਕੋਈ ਐਸੇ ਸਾਡੀ ਨੌਲੇਜ ਆਉਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰਦੇ ਹਾਂ। ਸਾਡੀ ਆਪਣੀਆਂ ਪਾਲਿਸੀਜ਼ ਹੈ, ਪੂਰਾ ਐਕਸ਼ਨ ਲਿਆ ਜਾਂਦਾ ਹੈ। ਇੱਦਾਂ ਨਹੀਂ ਹੈ, ਨਹੀਂ, ਰੈਪੂਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੁੰਦੀ ਹੈ ਨਾ। ਮਤਲਬ ਅਸੀਂ ਜੇ ਸਾਡੀ ਨੌਲੇਜ ਆਉਂਦਾ, ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇੰਟੀਮੇਟ ਤਾਂ ਕਰਦੇ ਅਗਰ ਇਹਨਾਂ ਦੀ ਨੌਲੇਜ ਚਾਹੇ ਕੋਈ ਚੀਜ਼ ਹੈ। ਆਪੇ ਕਾਨੂੰਨ ਆਪਦੇ ਹੱਥ 'ਚ ਲੈਣ ਦਾ ਤਾਂ ਮਤਲਬ ਨਹੀਂ ਦਿਖਾਏ, ਕੋਈ ਨਹੀਂ ਦਿਖਾਇਆ। ਬ੍ਰਦਰ, ਇਹ ਐਲਨ ਇੰਸਟੀਚਿਊਟ ਹੈ, ਮਾਡਲ ਟਾਊਨ ਫੇਸ 1 ਬਠਿੰਡਾ ਬ੍ਰਾਂਚ ਹੈ ਐਲਨ ਦੀ। ਇੱਥੇ ਬੱਚੇ ਪੜ੍ਹਦੇ ਆ, ਮੇਰੀ ਬੇਟੀ ਪੜ੍ਹਦੀ ਹੈਗੀ ਹੈ ਮੈਡੀਕਲ ਦੇ ਵਿੱਚ, ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ, ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਰਕੇ ਗਲਤ ਚੈਟ ਕਰਕੇ ਪਰੇਸ਼ਾਨ ਕਰਦਾ। ਮੇਰੀ ਬੇਟੀ ਇੱਥੇ ਪੜ੍ਹਦੀ ਹੈ, ਪਤਾ ਨਹੀਂ ਕਿੱਥੋਂ ਉਹਨੇ ਬੇਟੀ ਦੀ ਆਈਡੀ ਲਿੱਤੀ, ਉਹਨੇ ਚੈਟ ਸਟਾਰਟ ਕੀਤੀ, ਬੇਟੀ ਨੂੰ ਵਰਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਬੇਟੀ ਮੇਰੀ ਡਿਪਰੈਸ਼ਨ 'ਚ ਹੈ, ਇੱਕ ਹਫ਼ਤੇ ਤੋਂ ਉਹ ਪਰੇਸ਼ਾਨ ਚੱਲ ਰਹੀ ਹੈ। ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ, ਬੇਟੀ ਨੇ ਦੱਸਿਆ ਸਾਰਾ ਕੁਛ, ਇੱਥੇ ਆਹ ਚੈਟ ਇਸ ਤਰ੍ਹਾਂ ਟੀਚ ਕਰ ਰਿਹਾ। ਇੱਕ ਹਫ਼ਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀਗੀ, ਸਰ ਆਹ ਤੁਸੀਂ ਚੈਟ ਕੀਤੀ ਹੈ ਜੋ ਵੀ ਮੇਰਾ ਉਹਦੇ ਵਟਸਐਪ 'ਤੇ ਚੱਲ ਰਿਹਾ। ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ, ਬੇਟੀ ਨੂੰ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ, ਅਤੇ ਮੈਂ ਤਾਂ ਚੈਟ ਰਾਤ ਨੂੰ ਬੱਚਾ ਨਾਲ ਕਰਦਾ। ਔਰ ਮੇਰੀ ਬੇਟੀ ਨਾਲ ਇਹਨੇ ਰਾਤ, ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜ੍ਹਾਈ ਕਰਦੀ, ਪਿਛਲੇ ਇੱਕ ਹਫ਼ਤੇ ਤੋਂ ਪਰੇਸ਼ਾਨ ਚੱਲ ਰਹੀ ਹੈ। ਗਲਤ ਮੈਸੇਜ ਪਾਉਂਦਾ ਚੈਟ ਕਰਨ ਦਾ ਮਕਸਦ? ਚੈਟ ਕਰਦਾ ਜੀ, ਮੇਰੀ ਬੇਟੀ ਨੇ ਕਿਹਾ, ਉਹਨੂੰ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ? ਮੇਰੀ ਬੇਟੀ, ਉਹ ਕਹਿੰਦਾ ਕਿੱਥੇ ਮਿਲਦੀ ਹੈ? ਮੇਰੀ ਬੇਟੀ ਨੇ ਕਿਹਾ, ਸਰ ਮੈਂ ਤਾਂ ਇੰਸਟੀਚਿਊਟ ਹੀ ਪੜ੍ਹਦੀ ਹਾਂ, ਇੰਸਟੀਚਿਊਟ ਹੀ ਹੋਣੀ ਹੈ। ਨਹੀਂ, ਉਹ ਕਹਿੰਦੇ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ? ਬਾਹਰ ਮਿਲਣ ਲਈ ਪੁੱਛ ਰਿਹਾ ਉਹਨੂੰ ਬਾਰ ਬਾਰ, ਕੀ ਕਰਦੀ ਹੈ, ਕਿੱਥੇ ਜਾਂਦੀ ਹੈ, ਜੋ ਵੀ ਚੈਟ ਦੇ ਕੀਤੀ। ਇੰਸਟੀਚਿਊਟ ਦੇ ਓਨਰ ਨੂੰ ਕੋਈ ਗੱਲਬਾਤ ਹੋਈ ਤੁਹਾਡੀ? ਇੰਸਟੀਚਿਊਟ ਦੇ ਓਨਰ ਨੂੰ ਅਸੀਂ ਉਹਦੇ ਹੈੱਡ, ਇੰਸਟੀਚਿਊਟ ਹੈੱਡ ਨੂੰ ਮਿਲੇ ਹੈਗੇ ਹਾਂ। ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਸੇ ਕਮਰੇ 'ਚ ਲੁਕੋਤਾ ਹੈ, ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ, ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ, ਟੇਬਲ 'ਤੇ ਗੱਲ ਕਰ ਲਓ, ਤੁਸੀਂ ਓਪਨਲੀ ਗੱਲ ਨਾ ਕਰੋ, ਤੁਸੀਂ ਪੁਲਿਸ 'ਚ ਨਾ ਜਾਓ, ਤੁਸੀਂ ਮੀਡੀਆ ਨਾ ਕਰੋ। ਕਿਉਂ? ਮੈਂ ਅੱਜ ਸਟੈਪ ਤਾਂ 'ਚ ਕਿਹਾ ਹੈਗਾ ਕਿ ਬੱਚਿਆਂ ਨੂੰ
ਬਾਹਰ ਪੜ੍ਹਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਵਾਸਤੇ, ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ? ਅੱਜ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕਿ ਚੁੱਪ ਕਰ ਜਾਂਦੇ ਆ ਕਿ ਗੱਲ ਬਾਹਰ ਨਾ ਆਵੇ, ਚਲੋ ਕੋਈ ਗੱਲ। ਅਸੀਂ ਹੁਣ ਪੀ ਸੀ ਆਰ ਦੇ ਵਿੱਚ ਕੰਟਰੋਲ ਰੂਮ 'ਤੇ ਫੋਨ ਕੀਤਾ ਹੈਗਾ, ਪੀ ਸੀ ਆਰ ਆਈ ਹੋਈ ਹੈ ਔਰ ਐਸ ਐਚ ਓ ਸਾਹਿਬ ਵੀ ਉਰੇ ਆ ਰਹੇ ਹੁਣ, ਫੋਨ 'ਤੇ ਗੱਲ ਹੋਈ ਹੈ, ਉਹ ਆ ਰਹੇ। ਅਸੀਂ ਇਸ ਚਾਹੁੰਦੇ ਕਿ ਇਸ ਘਟਨਾਕ੍ਰਮ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ, ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ, ਉਹਨਾਂ ਦੇ ਖਿਲਾਫ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸਾਨੂੰ ਇਹ ਗੱਲ ਅੱਜ ਸੁਬਾਹ ਪਤਾ ਲੱਗੀ ਹੈ ਕਿ ਬੱਚਾ ਪਰੇਸ਼ਾਨ ਚੱਲ ਰਿਹਾ ਸੀਗਾ। ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ, ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦੇ ਇਕੱਲੇ 31 ਨੰਬਰ ਆਏ ਆ। ਬੱਚੀ ਪੜ੍ਹਨ 'ਚ ਹੁਸ਼ਿਆਰ ਸੀਗੀ, ਮੈਨੂੰ ਪਰੇਸ਼ਾਨੀ ਸੀਗੀ, ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜ੍ਹਾਈ 'ਚ ਵੀ ਦਿੱਕਤ ਹੈ, ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਹਿ ਰਹੀ, ਬੇਟਾ ਅਗਰ ਤੇਰੇ ਤੋਂ ਪੜ੍ਹਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ 'ਤੇ ਪਰੇਸ਼ਾਨ ਕਰਦਾ। ਜਦੋਂ ਬੇਟੀ ਨੇ ਹਫ਼ਤਾ ਪਹਿਲਾਂ ਗੱਲ ਕੀਤੀ ਹੈ ਕਿ ਸਾਰਾ ਚੈਟ ਤੁਸੀਂ ਕਰ ਰਹੇ ਹੋ, ਇਸ ਬਾਰੇ ਮੇਰੀ ਬੇਇੱਜ਼ਤੀ ਹੁੰਦੀ ਹੈ, ਮੈਨੂੰ ਪਰੇਸ਼ਾਨੀ ਹੁੰਦੀ ਹੈ, ਤਾਂ ਉਹਨੇ ਗੱਲ ਕੀ ਹੈ ਕਿ ਨੋਰਮਲ ਹੈ, ਮੈਂ ਤਾਂ ਹਰੇਕ ਬੱਚੇ ਨਾਲ ਹੀ ਕਰਦਾ। ਜੀ ਪੜ੍ਹਦੀ ਹੈ ਜੀ, ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਜੇ ਕੋਈ ਮਿਸਬਿਹੇਵ ਕਰ ਰਿਹਾ ਜੀ ਉਹਨਾਂ ਨਾਲ, ਅਤੇ ਉਹਦੇ ਕਰਕੇ ਆਏ ਹਾਂ ਜੀ ਇੱਥੇ, ਅਤੇ ਜਿਹੋ ਜਿਹਾ ਉਹ ਕਹਿਣਗੇ ਉਹ ਜਿੱਦਾਂ ਕਰਦੇ ਕਰ। ਉਹ ਕਹਿੰਦੇ ਵੀ ਪੇਰੈਂਟਸ ਨੇ ਕਹਿੰਦੇ ਵੀ ਸਾਡੀ ਬੱਚੀ ਨੂੰ ਕੋਈ ਮਾਸਟਰ ਕੋਈ ਟੀਚਰ ਹੈ ਇੱਥੇ ਕੋਈ ਉਹ ਵਗੈਰਾ ਕੋਈ ਚੈਟ ਚੂਟ ਉਹ ਕਰਦੇ ਜੀ, ਮੈਸੇਜ ਵਗੈਰਾ ਕਰਦੇ। ਹਾਂਜੀ ਕੋਈ ਮੈਸੇਜ ਵਗੈਰਾ ਸਾਹਮਣੇ ਆਇਆ ਜੀ? ਜਿਵੇਂ ਪੇਸ਼ ਕਰਨਗੇ ਜੀ ਆਪਣੇ ਹਿਸਾਬ ਨਾਲ ਕਰਦੇ।